ਤੁਸੀਂ ਵੇਖ ਰਹੇ ਹੋ ਸਕਾਈਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ। ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ, ਜਿਸ ਨੂੰ ਲੈ ਕੇ ਭਾਰਤ ਦੇ ਲੋਕ ਚਿੰਤਾ ਦੇ ਵਿੱਚ ਨੇ ਕਿ ਇਸ ਦਾ ਸਾਡੀ ਰਾਸ਼ੀ ਤੇ ਕੋਈ ਅਸਰ ਹੋਵੇਗਾ ਜਾਂ ਫਿਰ ਨਹੀਂ। ਤਾਂ ਦੱਸਦੇ ਕਿ ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੈ, ਜਿਸ ਨੂੰ ਲੈ ਕੇ ਅੱਜ ਹਰ ਇੱਕ ਮੀਡੀਆ ਚੈਨਲ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਦੋਂ ਇਹ ਸੂਰਜ ਗ੍ਰਹਿਣ ਲੱਗੇਗਾ ਤੇ ਕਦੋਂ ਖਤਮ ਹੋਵੇਗਾ, ਕਿੱਥੇ ਇਸ ਦਾ ਅਸਰ ਹੋਵੇਗਾ। ਅਜਿਹੇ ਦੇ ਵਿੱਚ ਅਸੀਂ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਤਾਂ ਦੱਸਦੇ ਕਿ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਲੱਗਣ ਜਾ ਰਿਹਾ, ਜੋ ਕਿ ਕਾਫੀ ਮਹੱਤਵਪੂਰਨ ਹੋਵੇਗਾ ਕਿਉਂਕਿ ਇਹ ਪੂਰਨ ਸੂਰਜ ਗ੍ਰਹਿਣ ਹੈ ਅਤੇ ਕਾਫੀ ਲੰਬਾ ਮੰਨਿਆ ਜਾ ਰਿਹਾ। ਇਸ ਨੂੰ ਲੈ ਕੇ ਲੋਕ ਵੀ ਕਾਫੀ ਉਤਸ਼ਾਹ ਨੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਸਭ ਤੋਂ ਪਹਿਲਾਂ ਗੱਲ ਟਾਈਮਿੰਗ ਦੀ ਕਰਦੇ ਹਾਂ ਤਾਂ ਭਾਰਤੀ ਸਮੇਂ ਦੇ ਅਨੁਸਾਰ ਸੂਰਜ ਗ੍ਰਹਿਣ ਜਿਹੜਾ ਅੱਜ ਰਾਤ 9:12 ਤੇ ਸ਼ੁਰੂ ਹੋਵੇਗਾ ਤੇ ਮੰਗਲਵਾਰ ਸਵੇਰੇ 2:22 ਤੱਕ ਰਹੇਗਾ ਤੇ ਕਿੱਥੇ ਕਿੱਥੇ ਇਹ ਦੇਖਣ ਨੂੰ ਮਿਲੇਗਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤਾਂ ਸੂਰਜ ਗ੍ਰਹਿਣ ਅਮੈਰੀਕਾ, ਮੈਕਸੀਕੋ, ਕੈਨੇਡਾ ਅਤੇ ਉੱਤਰੀ ਅਮੈਰੀਕਾ ਤੋਂ ਇਲਾਵਾ ਹੋਰ ਕਈ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲੇਗਾ, ਪਰ ਭਾਰਤ ਦੇ ਵਿੱਚ ਇਹ ਸੂਰਜ ਗ੍ਰਹਿਣ ਨਹੀਂ ਲੱਗੇਗਾ। ਯਾਨੀ ਕਿ ਭਾਰਤ ਦੇ ਵਿੱਚ ਲੋਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ, ਇਸ ਲਈ ਭਾਰਤ ਦੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਤਾਂ ਦੱਸ ਦੇ ਕਿ ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ, ਜੋ ਕਿ ਪਹਿਲੀ ਵਾਰ ਭਾਰਤ ਦੇ ਵਿੱਚ ਨਜ਼ਰ ਨਹੀਂ ਆਵੇਗਾ। ਤਾਂ ਜਦੋਂ ਸੂਰਜ ਗ੍ਰਹਿਣ ਲੱਗਦਾ ਤਾਂ ਉਦੋਂ ਕੀ ਕੁਝ ਹੁੰਦਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤਾਂ ਜਦੋਂ ਸੂਰਜ ਗ੍ਰਹਿਣ ਲੱਗਦਾ ਤਾਂ ਉਦੋਂ ਸੂਰਜ ਦੀ ਰੋਸ਼ਨੀ ਅਲੋਪ ਹੋ ਜਾਂਦੀ ਹੈ, ਪਰ ਕੁਝ ਹੀ ਮਿੰਟਾਂ ਦੇ ਬਾਅਦ ਇਹ ਰੋਸ਼ਨੀ ਜਿਹੜੀ ਹੈ ਮੁੜ ਵਾਪਸ ਆ ਜਾਂਦੀ ਹੈ। ਤਾਂ ਜੋ ਅੱਜ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਉਸ ਨੂੰ ਲੈ ਕੇ ਖਾਸ ਤਿਆਰੀ ਕਿਸ ਦੇਸ਼ ਦੇ ਵਿੱਚ ਕੀਤੀ ਗਈ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤਾਂ ਕੈਨੇਡਾ ਦੇ ਅੰਟਾਰੀਓ ਸੂਬੇ ਦੇ ਵਿੱਚ ਸੂਰਜ ਗ੍ਰਹਿਣ ਨੂੰ ਦੇਖਣ ਦੇ ਲਈ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ 10 ਲੱਖ ਤੋਂ ਵੱਧ ਲੋਕ ਜਿਹੜੇ ਨੇ ਅੱਜ ਸੂਰਜ ਗ੍ਰਹਿਣ ਦੇਖਣ ਦੇ ਲਈ ਇੱਥੇ ਪਹੁੰਚਣਗੇ। ਅੰਟਾਰੀਓ ਸੂਬੇ ਦੇ ਵਿੱਚ 1979 ਤੋਂ ਬਾਅਦ ਇਹ ਪਹਿਲਾ ਸੂਰਜ ਗ੍ਰਹਿਣ ਹੋਵੇਗਾ ਜਿਸ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਦੇਖਣ ਦੇ ਲਈ ਪਹੁੰਚਣਗੇ। ਤਾਂ ਜੇਕਰ ਗੱਲ ਸਾਇੰਸ ਦੀ ਮੰਨੀ ਜਾਵੇ ਤਾਂ ਸਾਇੰਸ ਦਾ ਕਹਿਣਾ ਹੈ ਕਿ ਇੱਕ ਬਹੁਤ ਛੋਟੀ ਘਟਨਾ ਹੈ ਜਦੋਂ ਅੱਜ ਇਸ ਤਰੀਕੇ ਦਾ ਸੂਰਜ ਗ੍ਰਹਿਣ ਲੱਗੇਗਾ। ਪਰ ਜੇਕਰ ਧਾਰਮਿਕ ਪੱਖੋਂ ਦੇਖਿਆ ਜਾਵੇ ਤਾਂ ਭਾਰਤੀ ਲੋਕ ਕਾਫੀ ਵਿਸ਼ਵਾਸ ਕਰਦੇ ਨੇ, ਸੂਰਜ ਗ੍ਰਹਿਣ ਹੋਵੇ ਭਾਵੇਂ ਚੰਨ ਗ੍ਰਹਿਣ ਹੋਵੇ ਤੇ ਉਹਨਾਂ ਦੇ ਵੱਲੋਂ ਕਾਫੀ ਤਰ੍ਹਾਂ ਦੇ ਜਿਹੜੇ ਨੇ ਉਹ ਕੰਮ ਵੀ ਕੀਤੇ ਜਾਂਦੇ ਨੇ, ਦਾਨ ਪੁੰਨ ਕੀਤਾ ਜਾਂਦਾ, ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ, ਗਰਭਵਤੀ ਔਰਤ ਜਿਹੜੀ ਹੁੰਦੀ ਹੈ ਉਹ ਚਾਕੂ ਦਾ ਇਸਤੇਮਾਲ ਨਹੀਂ ਕਰਦੀ। ਪਰ ਭਾਰਤ ਦੇ ਵਿੱਚ ਫਿਲਹਾਲ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ, ਪਰ ਜਿਹੜੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਅਤੇ ਇਸ ਗੱਲ 'ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਅੱਜ ਇਹ ਖਬਰ ਜ਼ਰੂਰ ਦੇਖਣੀ ਚਾਹੀਦੀ ਹੈ ਅਤੇ ਜਾਣਨਾ ਚਾਹੀਦਾ ਹੈ ਕਿ ਅੱਜ ਕਿਸ ਤਰੀਕੇ ਦਾ ਇਹ ਸੂਰਜ ਗ੍ਰਹਿਣ ਰਹੇਗਾ।